ਬਲਕੌਰ ਸਿੰਘ ਸਿੱਧੂ ਮੂਸੇਵਾਲੇ ਦੇ ਪਿਤਾ, ਉਹਨਾਂ ਵੱਲੋਂ ਸੰਗਰੂਰ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਦੀ ਹਮਾਇਤ ਕੀਤੀ ਗਈ। ਹੁਣ ਲਗਾਤਾਰ ਫੇਸਬੁੱਕ 'ਤੇ ਉਹਨਾਂ ਦੇ ਖਿਲਾਫ਼ ਇੱਕ ਮਾਹੌਲ ਚੱਲ ਰਿਹਾ, ਉਹਨਾਂ ਨੂੰ ਗਾਲਾਂ ਕੱਢੀਆਂ ਜਾ ਰਹੀਆਂ, ਇਹ ਵੀ ਕਹਿ ਰਿਹਾ ਪੁੱਤ ਮਰਵਾਉਣ ਦਾ ਹੀ ਜ਼ਿੰਮੇਵਾਰ ਤੂੰ ਹੈ, ਤੂੰ ਗਦਾਰ ਹੈ, ਤੂੰ ਫਲਾਨਾ ਹੈ, ਇਹ ਇਸ ਤਰੀਕੇ ਦੇ ਸਰਟੀਫਿਕੇਟ ਵੰਡੇ ਜਾ ਰਹੇ ਆ, ਤੁਸੀਂ ਇਹਨਾਂ ਨੂੰ ਕਿਵੇਂ ਦੇਖਦੇ? ਗੱਲ ਇਹ ਹੈ, ਕਿਸੇ ਬੰਦੇ ਨੂੰ ਗਿਰਗਿਟ ਵਾਂਗ ਰੰਗ ਨਹੀਂ ਬਦਲਣਾ ਚਾਹੀਦਾ ਜੀ। ਡੈਮੋਕ੍ਰੇਸੀ ਦੇ ਵਿੱਚ ਹੱਕ ਆ ਉਹ ਕਿੱਧਰ ਜਾਂਦਾ ਕਿੱਧਰ ਨਹੀਂ ਜਾਂਦਾ। ਜੇ ਅਸੀਂ ਸਿੱਧੂ ਮੂਸੇਵਾਲੇ ਦਾ ਜਿਹੜਾ ਪਿਤਾ ਜੀ ਹੈ ਉਹਦੇ ਪੁੱਤ ਨੇ ਪੱਗ ਦੀ ਲਾਜ ਰੱਖੀ, ਪੰਜਾਬ ਲਈ ਗਾਇਆ, ਪੰਥ ਲਈ ਗਾਇਆ, ਨੌਜਵਾਨੀ ਲਈ ਗਾਇਆ, ਅਤੇ ਉਸਨੇ SYL 'ਤੇ ਗਾਇਆ, ਉਹਨੇ ਹੁਣ ਵੀ ਉਹਦਾ ਗੀਤ ਆਇਆ, ਪੰਜਾਬ ਦੀ ਗੱਲ ਕੀਤੀ, ਆਜ਼ਾਦੀ ਦੀ ਗੱਲ ਕੀਤੀ, ਗੁਰੂ ਸਾਹਿਬ ਦੀ ਬੇਅਦਬੀ ਜਿਨ੍ਹਾਂ ਨੇ ਕੀਤੀ ਉਹਨਾਂ ਦੇ ਵਿਰੁੱਧ ਵੀ ਉਹ ਬੋਲਿਆ। ਉਹਨੇ 1-3 ਮਿੰਟ ਦੇ ਵਿੱਚ ਹੀ ਪਲਟਾ ਮਾਰਤਾ ਗੀਤ ਦਾ, ਕਦੇ 5 ਮਿੰਟ 'ਚ ਮਾਰ ਦਿੰਦਾ ਪਲਟਾ। ਕੁਝ ਦਿਨ ਪਹਿਲਾਂ ਤਾਂ ਕਹੀ ਜਾਂਦੇ ਸੀ ਸਿੱਧੂ ਮੂਸੇਵਾਲਾ ਵਰਗਾ ਬੰਦਾ ਕੋਈ ਨਹੀਂ, ਜੇ ਸਿੱਧੂ ਮੂਸੇਵਾਲਾ ਮੇਰੀ ਮਦਦ ਕਰ ਦੇਵੇ ਤੇ ਮੈਂ ਤਾਂ ਕਹਿੰਦਾ ਬਹੁਤ ਵਧੀਆ, ਜੇ ਉਹ ਕਿਸੇ ਦੀ ਹੋਰ ਮਦਦ ਕਰ ਦੇਵੇ ਤੇ ਫਿਰ ਕਹਿੰਦਾ ਬਹੁਤ ਮਾੜਾ। ਇਸ ਕਰਕੇ ਸਾਡੀ ਬੁਨਿਆਦ ਉੱਥੇ ਤੱਕ ਹੀ ਖੜੀ ਹੈ, ਜੇ ਸਾਨੂੰ ਵੋਟਾਂ ਪਾ ਦੇ ਤਾਂ ਫਿਰ ਤਾਂ ਚੰਗਾ, ਜੇ ਹੋਰ ਕਿਸੇ ਨੂੰ ਵੋਟਾਂ ਪਾ ਦੇ ਫਿਰ ਬਹੁਤ ਮਾੜਾ। ਉਹਦਾ ਬੁਨਿਆਦੀ ਹੱਕ ਹੈ, ਤੇ ਸਿੱਧੂ ਮੂਸੇਵਾਲੇ ਦੇ ਬਾਪ ਨੂੰ ਗਦਾਰ ਕਹਿਣਾ, ਮਾੜਾ ਕਹਿਣਾ, ਇਹ ਬਹੁਤ ਮਾੜੀ ਗੱਲ, ਸਾਡੇ ਕੋਲ ਕੋਈ ਹੱਕ ਨਹੀਂ। ਪਰ ਜਿਹੜਾ ਉਹਨੇ ਫੈਸਲਾ ਕੀਤਾ ਉਹਨੂੰ ਪੁੱਛੋ, ਫੈਸਲਾ ਤਾਂ ਉਹਨੇ ਕੀਤਾ ਨਾ, ਉਹਨੂੰ ਆਪ ਪੁੱਛ ਲੈਣ। ਪਰ ਐਂ ਨਾ ਕਵੀ ਗਦਾਰ ਆ ਤੇ ਇਹ ਆ, ਇੱਕ ਤਾਂ ਉਹਨੇ ਪੁੱਤ ਮਰਵਾ ਲਿਆ, ਪੁੱਤ ਮਰਵਾ ਕੇ ਜੇ ਆਪਦੇ ਮਾਇੰਡ ਨਾਲ ਕੋਈ ਫੈਸਲਾ ਕਰ ਲਿਆ, ਇਨਸਾਨ ਬੰਦਾ ਫੈਸਲੇ ਕਰ ਲੈਂਦਾ, ਕੋਈ ਗਲਤ ਕਰ ਲੈਂਦਾ, ਚੰਗੇ ਕਰ ਲੈਂਦਾ, ਕਰ ਹੀ ਲੈਂਦੇ ਆ ਹੈ, ਤੇ ਫਿਰ ਭਾਈ ਉਹਨੂੰ ਜਿਹੜਾ ਮਾੜਾ ਕਹਿਣਾ, ਮੈਂ ਉਹਦੇ ਹੱਕ 'ਚ ਨਹੀਂ। ਅਸੀਂ ਸਿੱਧੂ ਮੂਸੇਵਾਲੇ ਨੂੰ, ਉਹ ਕਿਤੇ ਜਾਵੇ, ਅਸੀਂ ਸਿੱਧੂ ਮੂਸੇਵਾਲੇ ਨੂੰ ਪਹਿਲਾਂ ਵੀ ਉਹੀ ਸਮਝਿਆ, ਹੁਣ ਵੀ ਉਹੀ ਸਮਝਿਆ, ਉਹਦੀ ਜ਼ਿੰਦਗੀ ਭਰ ਕਦਰ ਕੀਤੀ ਹੈ, ਕਰਦੇ ਰਹਾਂਗੇ। ਇੱਕ ਪਾਸੇ ਤਾਂ ਸਿੱਧੂ ਮੂਸੇਵਾਲੇ ਦੀ ਫੋਟੋਆਂ ਲਾਈ ਬੈਠੇ, ਇੱਕ ਪਾਸੇ ਉਹਨੂੰ ਉਹਦੇ ਪਿਓ ਨੂੰ ਮਾੜਾ ਕਹੀ ਜਾਂਦੇ ਹੋ, ਐਂ ਮਾੜਾ ਨਹੀਂ ਕਹਿਣਾ ਚਾਹੀਦਾ, ਬਿਲਕੁਲ ਮਾੜਾ ਨਹੀਂ ਕਹਿਣਾ ਚਾਹੀਦਾ। ਜੇ ਤੁਹਾਡੀ ਸਪੋਰਟ ਵੀ ਨਾ ਕਰਦੇ ਤਾਂ ਵੀ ਤੁਸੀਂ ਕਦੇ ਮਾੜਾ ਨਹੀਂ ਕਹਿੰਦੇ ਸੀ? ਤੇ ਮੈਂ ਤਾਂ ਕਿਹਾ ਹੀ ਨਹੀਂ, ਮੇਰੀ ਕਿਹੜਾ ਕੀਤੀ ਹੈ ਜੀ, ਮੈਂ ਵੀ ਉਹਦੀ ਫੋਟੋ ਲਾਈ ਹੈ, ਲੋਕਾਂ ਨੂੰ ਸਾਰਿਆਂ ਨੂੰ ਪਤਾ ਵੀ ਜਸਕਰਨ ਸਿੰਘ ਕੌਣ ਹੈ, ਸਿੱਧੂ ਮੂਸੇਵਾਲੇ ਦੇ ਕੋਲ ਕਦੋਂ ਗਿਆ, ਉਦੋਂ ਪਹਿਲਾਂ ਜਦੋਂ ਉਹਦੇ 'ਤੇ ਭੀੜ ਪਈ ਸੀ ਕੋਈ ਨਹੀਂ ਆਇਆ ਸੀ, ਉਦੋਂ ਮੈਂ ਗਿਆ ਹੈ, ਮੈਂ ਸਦਾ ਗਿਆ, ਧਰਨਿਆਂ 'ਚ ਗਿਆ, ਮੁਜ਼ਾਹਰਿਆਂ 'ਚ ਗਿਆ, ਜੇ ਮੈਂ ਬੈਠਾ ਨਹੀਂ ਦਿੱਤਾ ਖੜਾ ਜ਼ਿਆਦਾ ਦੱਸ ਦੂੰਗਾ, ਇਹ ਸਾਰਿਆਂ ਨੂੰ ਪਤਾ ਸੰਗਤ ਬੜੀ ਵੱਡੀ ਹੈ ਵੀ ਜਸਕਰਨ ਸਿੰਘ ਨੇ ਸਿੱਧੂ ਮੂਸੇਵਾਲੇ ਨਾਲ ਕਿੰਨਾ ਲਗਾਓ ਹੈ, ਕੀ ਉਹਦਾ ਕੀਤਾ, ਇਹ ਸਾਰਿਆਂ ਨੂੰ ਪਤਾ। ਹੁਣ ਇਹਦਾ ਮਤਲਬ ਮੈਂ ਫਿਰ ਗਿਵਨ ਟੇਕ ਕਰਾਂ ਵੀ ਮੈਂ ਉਹਦੀ ਮਦਦ ਤਾਂ ਕਰਾਂ ਉਹ ਮੇਰੀ ਕਰੇ, ਐ ਥੋੜ੍ਹੀ ਹੁੰਦੀ ਹੈ ਯਾਰ, ਇਹ ਤਾਂ ਸੋਚ ਦੀ ਗੱਲ ਹੈ, ਮੇਰੀ ਭਾਵੇਂ ਜਮਾਂ ਕੋਈ ਨਾ ਮਦਦ ਕਰੇ, ਕੋਈ ਵੀ ਭਾਵੇਂ ਮਦਦ ਨਾ ਮੇਰੀ ਕਰੇ, ਫਿਰ ਜਦੋਂ ਉਹਦੇ 'ਤੇ ਭੀੜ ਕਿਸੇ 'ਤੇ ਪਵੇ, ਮੇਰੇ ਵਿਰੋਧੀ 'ਤੇ ਵੀ ਪਵੇ, ਮੇਰਾ ਹੱਕ ਹੈ, ਮੇਰਾ ਹੱਕ ਉਹਦੇ ਹੱਕ 'ਚ ਖੜਨਾ, ਜਿਹਦੇ 'ਤੇ ਜ਼ੁਲਮ ਹੋਇਆ ਉਹਦੇ ਹੱਕ 'ਚ ਮੇਰਾ ਮੇਰਾ ਰਾਈਟ ਹੈ ਕਿ ਉਹਦੇ ਹੱਕ 'ਚ ਖੜਾਂ, ਇਹੀ ਤਾਂ ਇਨਸਾਨੀਅਤ ਹੈ। ਵੋਟਾਂ ਨਾਲ ਲਿਖੇ ਚੁੱਕੇ ਥੋੜ੍ਹੇ ਕਰੀਦੇ ਆ, ਸੋਚ ਨਾਲ ਲਿਖੇ ਚੁੱਕੇ ਕਰੀਦੇ ਆ, ਐਵੇਂ ਕਹੀ ਜਾਣਾ ਕਿ ਮੇਰੇ ਮਗਰ ਨਹੀਂ ਮੈਂ ਤੇਰੇ ਮਗਰ ਨਹੀਂ, ਇਹ ਕੀ ਗੱਲ ਹੈ, ਇਹ ਤਾਂ ਮਟੀਰੀਅਲਿਸਟਿਕ ਹੋ ਗਿਆ ਯਾਰ, ਮਟੀਰੀਅਲਿਸਟਿਕ ਸਿੱਖ ਨੂੰ ਕਦੇ ਨਹੀਂ ਹੋਣਾ ਚਾਹੀਦਾ। ਗੁਰੂ ਸਾਹਿਬ ਸਾਡੇ ਸਾਰਾ ਸਰਬੰਸ ਵਾਰ ਕੇ ਉਹਨਾਂ ਨੇ ਕਦੇ ਮੰਗਿਆ ਮੈਨੂੰ ਆ ਦੇ ਦਿਓ, ਅਤੇ ਫਿਰ ਭਾਈ ਇਹ ਤਾਂ KMP ਦੀ ਸੀਟ ਹੈ, ਜੇ ਕਰਮਾਂ 'ਚ ਹੋ ਗਏ ਜਿੱਤ ਜਾਵਾਂਗੇ, ਨਹੀਂ ਹੋਏ ਨਾ ਜਿੱਤਾਂਗੇ।